ਜੀ ਸਤਿ ਸ਼੍ਰੀ ਅਕਾਲ ਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇੱਦਾਂ ਉਂਗਲ ਮਾਰ ਕੇ ਨਾਲੇ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਓ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸਕ੍ਰਾਈਬ ਅਸੀਂ ਕੋਈ ਰਾਜਨੀਤਿਕ ਇਸ ਪਵਿੱਤਰ ਸਮਾਗਮ ਦੇ ਵਿੱਚ ਰਾਜਨੀਤੀ ਦਾ ਗੰਦ ਪਾਉਣ ਵਾਸਤੇ ਨਹੀਂ ਆਏ ਅਸੀਂ ਰਾਜਨੀਤੀ ਦੇ ਪਾਏ ਹੋਏ ਰਾਜਨੀਤਿਕ ਲੀਡਰਾਂ ਦੇ ਪਾਏ ਹੋਏ ਗੰਦ ਨੂੰ ਸਾਫ਼ ਕਰਨ ਵਾਸਤੇ ਉਹ ਹੱਕ ਜਿਹੜਾ ਸਾਡਾ ਕਾਨੂੰਨੀ ਆ ਪੰਜਾਬੀਆਂ ਦਾ ਉਹ ਹੱਕ ਜਿਹੜਾ 16 ਲੱਖ ਕਰੋੜ ਰੁਪਈਆ ਰਾਜਸਥਾਨ ਤੋਂ ਪੰਜਾਬ ਨੂੰ ਲਿਆਉਂਦਾ ਅਸੀਂ ਉਹਦੇ ਵਾਸਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਾਡਾ ਪਾਣੀ ਸਾਡਾ ਹੱਕ ਮੁਹਿੰਮ ਜਿਹੜਾ 21 ਲੱਖ ਲੋਕਾਂ ਤੋਂ ਦਸਤਖਤ ਅਤੇ ਲੋਕਾਂ ਦੀ ਜਾਗਰੂਕਤਾ ਦਾ ਅੱਜ ਅਸੀਂ ਇੱਥੇ ਕੈਂਪ ਔਰਗਨਾਈਜ਼ ਕੀਤਾ ਦਾਖਾ ਦੇ ਲੋਕ ਪਛਾਣ ਚੁੱਕੇ ਆ ਕਾਂਟ ਕੀ ਹੰਡੀ ਇੱਕ ਵਾਰ ਚੜ੍ਹਤੀ ਆ ਵਾਰ ਵਾਰ ਨਹੀਂ ਇੱਕ ਵਾਰੀ ਚੜ੍ਹ ਗਈ ਸੀ ਪਰ ਪਤਾ ਲੱਗ ਗਿਆ ਵੀ ਚਿੱਟਾ ਵੇਚਣ ਵਾਲੇ ਕਿਹੜੇ ਲੋਕ ਅਤੇ ਲੋਕਾਂ ਨੇ 2019 ਦੇ ਵਿੱਚ 50 ਪਾਤਾ ਜਮਾ ਹੀ ਸਿਰਫ 27,000 ਵੋਟ ਅਤੇ ਲੋਕ ਇਨਸਾਫ਼ ਪਾਰਟੀ ਨੂੰ 47,000 ਦੇ ਕਰੀਬ ਵੋਟ ਇਹ ਜਿਹਨੂੰ ਮਰਜ਼ੀ ਲੈ ਆਉਣ ਲੋਕ ਸਭ ਸਮਝਦੇ ਆ ਸਭ ਜਾਣਦੇ ਆ ਸੱਚਾਈ ਕੀ ਹੈ ਮੈਂ ਇਹ ਕਹੂੰਗਾ ਕਿ ਲੋਕ ਇਨਸਾਫ਼ ਪਾਰਟੀ ਦਾ ਕੈਂਡੀਡੇਟ ਦਾਖਾ ਦਾ ਵੋਟਰ ਹੋਏਗਾ ਬਾਹਰੋਂ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਦਾਖਾ ਹਲਕੇ ਦੇ ਵੋਟਰ ਜੋ ਉਹਨਾਂ ਨੇ ਫੈਸਲਾ 2019 ਦੇ ਵਿੱਚ ਰਿਪੀਟ ਕਰਨਗੇ ਆਮ ਆਦਮੀ ਜੀ ਸਦਕੇ ਤਾਰੇ ਉਹਨਾਂ ਦਾ ਵੀ ਰਾਈਟ ਬਣਦਾ ਉਹਨਾਂ ਦਾ ਨੁਮਾਇੰਦਾ ਸੀ ਜਿਹੜਾ ਭਗੌੜਾ ਹੋ ਗਿਆ ਮੈਂ ਵੀ ਉਹੀ ਕਹਿ ਰਿਹਾ ਨਾ ਉਹਨਾਂ ਦੀ ਪਾਰਟੀ ਦਾ ਲੋਕਾਂ ਨੇ ਨੁਮਾਇੰਦਾ ਚੁਣਤਾ ਸੀ ਪਰ ਭਗੌੜਾ ਹੋ ਗਿਆ ਹੁਣ ਕਿਹੜਾ ਮੂੰਹ ਲੈ ਕੇ ਜਾਣਗੇ ਉੱਥੇ ਜਾਂ ਪੰਜਾਬ ਵਾਸਤੇ ਆਮ ਆਦਮੀ ਪਾਰਟੀ ਨੇ 3 ਸਾਲ ਦੇ ਅਰਸੇ 'ਚ ਕੋਈ ਕੰਮ ਕੀਤਾ ਹੋਵੇ ਕੋਈ ਇੱਕ ਕੰਮ ਗਿਣਾ ਦਿਓ ਮੈਨੂੰ ਕੋਈ ਇੱਕ ਕੰਮ ਗਿਣਾ ਦੇਵੇ ਜਿਹੜਾ ਆਮ ਆਦਮੀ ਪਾਰਟੀ ਨੇ ਪੰਜਾਬ ਪ੍ਰਤੀ 3 ਸਾਲ ਦੇ ਅਰਸੇ ਵਿੱਚ ਕੀਤਾ ਹੋਵੇ ਇਹ ਤਾਂ ਮੌਜ ਲੱਗ ਗਈ MLA ਬਣ ਗਏ ਤਨਖਾਹਾਂ ਉਦੋਂ ਬਾਅਦ ਦੇ ਵਿੱਚ ਪੈਨਸ਼ਨਾਂ ਇੱਥੋਂ ਤੱਕ ਹੀ ਸੀਮਤ ਇਹਨਾਂ ਦੀ ਕਹਾਣੀ ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ TV ਕਰੇਗਾ ਸੱਚ ਦਾ ਖੁਲਾਸਾ ਤੁਸੀਂ ਦੇਖਦੇ ਰਹੋ ਪੰਜਾਬ TV ਸੱਚ ਅਤੇ ਹੱਕ ਦੀ ਆਵਾਜ਼